ਆਲਮੀਨ ਨੇ ਮੈਨੂੰ ਨਜ਼ਾਰਾ ਕਰਾਇਆ ਜਹਨਮ ਦੀ ਅੱਗ ਦੇ ਅੰਦਰ, ਮਰਦਾਂ ਦੀ ਨਿਸਬਤ ਔਰਤਾਂ ਨੇ ਜ਼ਿਆਦਾ ਜਲਣਾ। ਕੁਲ ਨਾ ਵਾਬੇ ਮਾ ਯਾ ਰਸੂਲ ਅੱਲਾ, ਬੀਬੀਆਂ ਬੋਲ ਪਈਆਂ ਹਜ਼ਰਤ, ਮਰਦਾਂ ਦੀ ਨਿਸਬਤ ਔਰਤਾਂ ਨੇ ਕਿਉਂ ਜਹਨਮ ਦੀ ਅੱਗ ਦੇ ਅੰਦਰ ਜ਼ਿਆਦਾ ਜਲਣਾ ਹੈ? ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਦੋ ਵਜੂਹਾਂ ਬਿਆਨ ਫਰਮਾਈਆਂ। ਕਾਲ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੋ ਕਸਿਰ ਨਲ ਲਾਉਣਾ ਵਤਗ ਫੁਰ ਨਲ ਅਸ਼ੀਰ ਔ ਕਮਾ ਕਾਲ ਨਬੀ ਸੱਲੱਲਾਹੁ ਅਲੈਹਿ ਵਸੱਲਮ। ਇਸ ਵਾਸਤੇ ਤੁਸਾਂ ਬੀਬੀਆਂ ਨੇ ਜਹਨਮ ਦੀ ਅੱਗ ਦੇ ਅੰਦਰ ਜ਼ਿਆਦਾ ਸੜਨਾ, ਇੱਕ ਦੂਜੇ ਤੇ ਲਾਨਤਾਂ ਜ਼ਿਆਦੀਆਂ ਕਰਦੀਆਂ ਹੋ। ਔਲਾਦ ਤੇ ਨਾਰਾਜ਼ ਹੋਈ ਨਾ ਤੇ ਆਖਾਂ ਲੱਖ ਲਾਨਾ ਤੇ। ਇਹ ਲਫ਼ਜ਼ ਲੱਖ ਨਹੀਂ, ਲਫ਼ਜ਼ ਲੱਖ। ਉਹ ਲੱਖ ਦਾ ਵਿਗੜ ਕੇ ਸਾਡੀ ਜ਼ਬਾਨ ਚ ਬਣ ਗਈ ਹੈ ਲੱਖ। ਲੱਖ ਲਾਨਾ ਦੀ ਬਦਦੁਆ ਔਲਾਦ ਨੂੰ ਕਰ ਰਹੀ ਹੈ, ਹਾਲਾਂਕਿ ਅੱਲਾ ਕਰੀਮ ਜਿਸ ਤੇ ਇੱਕ ਦਫ਼ਾ ਲਾਨਤ ਕਰੇ, ਅੱਲਾ ਕਰੀਮ ਦੀ ਲਾਨਤ ਦਾ ਅਸਰ ਸਦ ਨਸਲਾਂ ਤੱਕ ਵੀ ਚੱਲਦਾ ਰਹਿੰਦਾ ਹੈ। ਇਹ ਤਾਂ ਲੱਖ ਲਾਨਾ ਦੀ ਬਦਦੁਆ ਪਈ ਕਰਦੀ ਹੈ। ਤੁਗ ਸਿਰ ਨਲ ਲਾਉਣਾ ਵਾ ਤਗ ਫੁਰ ਨਲ ਅਸ਼ੀਰ, ਜ਼ਬਾਨ ਨਾਲ ਲਾਨਤਾਂ ਵੀ ਜ਼ਿਆਦਾ ਕਰਦੀਆਂ ਹੋ ਤੇ ਆਪਣੀ ਜ਼ਬਾਨ ਨਾਲ ਖਾਮਤ ਦੀ ਨਾ ਸ਼ੁਕਰੀ ਵੀ ਜ਼ਿਆਦਾ ਕਰਦੀਆਂ ਹੋ। ਜ਼ਬਾਨ ਨੂੰ ਕੰਟਰੋਲ ਨਾ ਕਰਨ ਦੀ ਵਜ੍ਹਾ ਤੋਂ ਤੁਸਾਂ ਬੀਬੀਆਂ ਨੇ ਜਹਨਮ ਦੀ ਅੱਗ ਦੇ ਅੰਦਰ ਜ਼ਿਆਦਾ ਜਲਣਾ।